ਧਰਮ ਕਿਹੜਾ ਸਭ ਤੋਂ ਪਿਆਰਾ? ਜਦੋਂ ਤੁਸੀਂ ਪਵਿੱਤਰ ਹੋ ਜਾਓਗੇ ਅੰਦਰੋਂ। ਹੁਣ ਦਸਵੇਂ ਪਾਤਸ਼ਾਹ ਨੇ ਪੰਜ ਕਕਾਰ ਦਿੱਤੇ ਆ ਨਾ ਸਿੱਖ ਨੂੰ, ਆ ਕੜਾ ਪਾਇਆ ਮੈਂ, ਇਹਦਾ ਕੀ ਮਤਲਬ ਹੈ? ਇਹ ਪਾਤਸ਼ਾਹ ਕਹਿੰਦੇ ਇਹ ਜਦੋਂ ਆਪਾਂ ਚੋਰੀ ਕਰਾਂਗੇ ਨਾ ਜਾਂ ਰਿਸ਼ਵਤ ਲਵਾਂਗੇ ਕਿਸੇ ਤੋਂ, ਦੋ ਨੰਬਰ ਦਾ ਕੰਮ, ਇਹਨੇ ਅੱਗੇ ਆ ਜਾਣਾ। ਇਹਨੇ ਕਹਿਣਾ ਵੀ ਨਹੀਂ, ਇਹ ਕੰਮ ਆ ਜਿਹੜੀ ਸ੍ਰੀ ਸਾਹਿਬ, ਇਹਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਟ। ਕਛਹਿਰੇ ਦਾ ਅਰਥ ਇਹ ਹੈ ਵੀ ਜਿਹਦੇ ਨਾਲ ਤੇਰੀ ਸ਼ਾਦੀ ਹੋਈ ਆ, ਚਾਹੇ ਉਹ ਕਾਲਾ ਵਾ, ਗੋਰਾ ਵਾ, ਗਰੀਬ ਅਮੀਰ ਆ, ਤੂੰ ਉਹਦੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ, ਦੂਜੇ ਘਰ ਵੱਲ ਨਹੀਂ ਵੇਖਣਾ। ਇਸੇ ਤਰ੍ਹਾਂ ਕੰਘੇ ਦਾ ਅਰਥ ਹੈ ਜਦੋਂ ਆਪਾਂ ਰੋਜ਼ ਜੂੜਾ ਵਾਹੁੰਦੇ ਹਾਂ ਅਤੇ ਟੁੱਟੇ ਹੋਏ ਕੇਸ ਢੇਰੀ ਲੱਗਦੇ, ਅਤੇ ਮਹਾਰਾਜ ਕਹਿੰਦੇ ਜਿਵੇਂ ਟੁੱਟੇ ਕੇਸ ਕੰਘਾ ਬਾਹਰ ਕੱਢ ਦਿੰਦਾ ਏ, ਆਪਣੇ ਅੰਦਰੋਂ ਗੰਦੇ ਮੰਦੇ ਟੁੱਟੇ ਫੁੱਟੇ ਵਿਚਾਰ ਬੋਲੋ ਹੋਏ ਬਾਹਰ ਕੱਢਦੇ, ਅਤੇ ਫਿਰ ਆਪਾਂ ਜੂੜਾ ਵਲ ਕੇ ਦਸਤਾਰ ਬੰਨ੍ਹਦੇ ਹਾਂ। ਇਹ ਸਭ ਤੋਂ ਪਿਆਰੀ ਆ। ਤੁਸੀਂ ਸਾਰੇ ਵੀਰ ਬੈਠੇ ਜੇ ਹਾਂ 'ਚ ਜਵਾਬ ਦੇਣਾ ਜਾਂ ਨਾ 'ਚ, ਉੱਚੀ ਦੇ ਦਿਓ। ਸਾਡੇ 84 ਸਿੱਧ ਹੋਏ ਆ, ਕੇਸਾ ਧਾਰੀ ਸੀ ਕਿ ਨਹੀਂ ਜੀ ਕਹੋ। ਫਿਰ 9 ਨਾਥ ਹੋਏ ਕੇਸਾ ਧਾਰੀ ਸੀ, 6 ਜਤੀ ਹੋਏ ਕੇਸਾ ਧਾਰੀ ਸੀ, ਰਾਮ ਜੀ ਕੇਸਾ ਧਾਰੀ, ਕ੍ਰਿਸ਼ਨ ਜੀ ਕੇਸਾ ਧਾਰੀ, ਸ਼ਿਵਜੀ ਭਗਵਾਨ ਉਹਦੀਆਂ ਜਟਾਵਾਂ 'ਚ ਗੰਗਾ ਵਗੰਦਈ, ਗੋਰਖਨਾਥ ਕੇਸ ਰੱਬ ਦੀ ਮੋਹਰ। ਇਹ ਕਿਸੇ ਇਕੱਲੇ ਨੂੰ ਨਹੀਂ ਆਖਿਆ, ਇਹ ਤਾਂ ਹੁਣ ਮੈਨੂੰ ਵੀ ਇੰਨਾ ਪਤਾ ਨਹੀਂ। ਇਹ ਮੈਂ ਕਈ ਹਿੰਦੂ ਵੀਰਾਂ ਨੂੰ ਪੁੱਛਦਾ ਹੁੰਦਾ, ਕਈ ਮੇਰੇ ਮਿੱਤਰ ਪੰਡਿਤ ਵੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ ਸਾਨੂੰ, ਪਰ ਮੈਨੂੰ ਕਦੇ ਕਿਸੇ ਨੇ ਦੱਸਿਆ ਨਹੀਂ। ਜੇ ਤੁਹਾਡੇ 'ਚ ਕੋਈ ਗਿਆਨ ਰੱਖਦਾ ਹੋਇਆ ਤਾਂ ਬਾਅਦ 'ਚ ਮੈਨੂੰ ਮਿਲ ਕੇ ਜ਼ਰੂਰ ਦੱਸਿਓ ਵੀ ਆਪਣੇ ਪੈਗੰਬਰ ਸਾਰੇ ਕੇਸਾਂ ਧਾਰੀ ਆ, ਪਰ ਆ ਕੇਸ ਕਟਾਉਣ ਦੀ ਸ਼ੁਰੂਆਤ ਕਿਹਨੇ ਕੀਤੀ? ਕਿਉਂਕਿ ਆਪਾਂ ਹੁਣ ਭਗਵਾਨ ਵਾਲਮੀਕ ਜੀ ਕੇਸਾਂ ਧਾਰੀ, ਗੁਰੂ ਰਵਿਦਾਸ ਜੀ ਕੇਸਾਂ ਧਾਰੀ, ਇਹ ਕੌਣ ਸ਼ੁਰੂ ਕਰਕੇ ਗਿਆ ਵੀ ਇਹ ਚੀਜ਼? ਇਹ ਪੁਰਾਤਨ ਸਮੇਂ ਦੇ ਵਿੱਚ ਮਾਫ਼ੀ ਦੇਣੀ, ਆ ਜਿਹੜਾ ਤੁਹਾਡੇ ਸਾਹਮਣੇ ਕਥਾ ਕਰ ਰਿਹਾ, ਮੈਂ ਵੀ ਮੋਨਾ ਸੀ, ਆਖੋ ਵਾਹਿਗੁਰੂ, ਮੈਂ ਆਪਣੀ ਸੱਚਾਈ ਨਹੀਂ ਛਪਾਉਂਦਾ ਹੁੰਦਾ। ਜਿੱਦਾਂ ਨੌਜਵਾਨ ਬੈਠੇ ਨਾ, ਇਤਨਾ ਹੀ ਅਸੀਂ ਵੀ ਕਿਸੇ ਨੂੰ ਸੁਣਿਆ ਸੀ, ਤਿੰਨ ਸੱਸੇ ਆ ਗੁਰਮਤ ਦੇ, ਪਹਿਲਾ ਸੱਸਾ ਸੁਣਨਾ, ਦੂਜਾ ਸਮਝਣਾ ਅਤੇ ਤੀਜਾ ਸਮਾ ਜਾਣਾ, ਤਿੰਨ ਹੀ ਗੱਗੇ ਆ, ਗੱਗਾ ਗੁਰਦੁਆਰਾ, ਗੱਗਾ ਗੁਰੂ ਅਤੇ ਗੱਗਾ ਗਿਆਨ। ਗੁਰਦੁਆਰੇ ਆਏ, ਗੁਰੂ ਸਾਹਿਬ ਮਿਲੇ, ਆ ਜਿਹੜਾ ਉੱਪਰ ਦੀ ਆਪਾਂ ਪਰਿਕਰਮਾ ਕਰਦੇ ਹਾਂ ਇਹਦਾ ਕੀ ਮਤਲਬ ਆ? ਕਈਆਂ ਨੂੰ ਪੁੱਛਿਆ, ਕਹਿੰਦੇ ਬਾਬਾ ਜੀ ਸਾਰੇ ਕਰਦੇ ਆ ਵੀ ਆਪਾਂ ਮੱਥਾ ਟੇਕੇ ਉੱਪਰ ਦੀ ਆਉਣੇ ਨਾ, ਪਰ ਕਹਿੰਦੇ ਪਤੀ ਨੂੰ, ਕਰਮਾਂ ਕਹਿੰਦੇ ਜੀਵਨ ਦੀ ਸ਼ੈਲੀ। ਜਿੱਦਾਂ ਇੱਕ ਬੀਬੀ ਲਾਵਾਂ ਲੈਂਦੀ ਹੈ ਅਤੇ ਲਾਵਾਂ ਦਾ ਭਾਵ ਹੈ ਅੱਜ ਤੋਂ ਬਾਅਦ ਮੈਂ ਆਪਣੇ ਪਤੀ ਦੇ ਪੱਲੇ ਲੱਗ ਗਈ ਹਾਂ, ਇੱਦਾਂ ਹੀ ਜਦੋਂ ਆਪਾਂ ਮੱਥਾ ਟੇਕ ਕੇ ਉੱਪਰ ਦੀ ਘੁੰਮ ਕੇ ਆਉਣੇ ਸਾਰੇ ਥਾਵਾਂ 'ਤੇ, ਪਰ ਕਰਮਾਂ ਦਾ ਭਾਵ ਹੈ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੁਸੀਂ ਮੇਰੇ ਮਾਲਕ ਹਾਂ ਅਤੇ ਮੈਂ ਉਹੀ ਕਰਮ ਕਰੂੰਗਾ ਜੋ ਤੁਸੀਂ ਮੈਨੂੰ ਆਖੋਗੇ। ਪਰ ਪਰਿਕਰਮਾ ਕਰ ਲਈ ਪਰ ਆਖੇ ਨਹੀਂ ਲੱਗੇ, ਆਖੋ ਸਤਨਾਮ ਮੰਨ ਕੇ ਲਿਆਣਾ ਵੀ ਤੇਰੇ ਤੂੰ ਸਾਡਾ ਮਾਲਕ ਹੈ। ਹੁਣ ਜਿਹੜੀ ਮੇਰੀ ਭੈਣਾਂ ਸਾਰੀਆਂ ਆਪਾਂ ਵਿਆਹੇ ਵਰੇ ਲਾਵਾਂ ਪਤੀ ਨਾ ਲੈ ਕੇ ਅਤੇ ਤੁਰੇ ਕਿਸੇ ਹੋਰ ਨਾ ਫਿਰੇ ਅਤੇ ਉਹ ਰਿਸ਼ਤਾ ਨਿਭਜੂ, ਬੋਲੋ ਵਾਹਿਗੁਰੂ, ਹੁਣ ਚੁੱਪ ਹੋ ਗਿਆ ਨਾ, ਬੋਲੋ ਸਤਨਾਮ। ਹੁਣ ਮੰਨ ਲਓ ਮੇਰੀ ਵਾਈਫ ਹੋਵੇ ਜਾਂ ਤੁਹਾਡਾ, ਤੁਸੀਂ ਜਿਹਦੇ ਨਾਲ ਵਿਆਹ ਕਰਾਇਆ ਵੀ ਲਾਵਾਂ ਕਿਸੇ ਹੋਰ ਨਾ ਲੈ ਲਓ,
ਤੇ ਡੋਲੀ ਕਿਸੇ ਹੋਰ ਦੀ ਬਹਿ ਜਾਓ ਤੇ ਉਹ ਰਿਸ਼ਤੇ ਖਤਮ ਹੋ ਜਾਣਗੇ। ਏਦਾਂ ਹੀ ਮਹਾਰਾਜ ਸਾਨੂੰ ਕਹਿ ਕੇ ਗਏ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਦੂਜਾ ਕਾਹੇ ਸਿਮਰੀਐ ਜੰਮੈ ਤੈ, ਇੱਕੋ ਸਿਮਰੋ ਨਾਨਕਾ। ਇਹ ਤੇ ਕੰਮ ਗੜਬੜ ਹੋ ਗਿਆ ਵੀ ਗਾਤਰਾ ਵੀ ਪਾਇਆ, ਕਕਾਰ ਵੀ ਪਾਲੇ, ਸ਼ਾਦੀ ਕਰਾ ਲਈ ਪਾਤਸ਼ਾਹ ਦੇ ਨਾਲ, ਤੇ ਮੱਥਾ ਟੇਕੀ ਜਾਂਦੇ ਹੋਰ ਕਿਤੇ ਕਬਰ ਤੇ ਜਾ ਕੇ, ਤੇ ਇੱਕ ਪੈਰ 'ਚ ਇੱਕ ਜੁੱਤੀ 'ਚ ਦੋ ਪੈਰ ਤਾਂ ਨਹੀਂ ਪੈਂਦੇ ਅੱਖੋ ਵਾਹਿਗੁਰੂ, ਦੋ ਬੇੜੀਆਂ ਦੇ ਵਿੱਚ ਵੀ ਬੰਦਾ ਲੱਤ ਰੱਖ ਕੇ ਪਾਰ ਨਹੀਂ ਹੋ ਸਕਦਾ। ਇਸ ਕਰਕੇ ਸਾਡੇ ਸਾਰੇ ਸਤਿਕਾਰਯੋਗ ਧਰਮ ਹੈ, ਸੱਚਾ ਹਿੰਦੂ ਗੀਤਾ, ਸੱਚਾ ਈਸਾਈ ਬਾਈਬਲ, ਸੱਚਾ ਮੁਸਲਮਾਨ ਕੁਰਾਨ, ਤੇ ਸੱਚਾ ਸਿੱਖ। ਮੰਨਦੇ ਕਿ ਨਹੀਂ ਤੁਸੀਂ, ਲਾਈਵ ਵੀ ਚੱਲ ਰਿਹਾ ਵਾ, ਆਪਾਂ ਕੋਲੋਂ ਨਹੀਂ ਕੁਝ ਕਹਿਣਾ। ਤੁਸੀਂ ਇੱਕ ਵਾਰੀ ਵੀ ਸੋਚੋ ਵੀ ਮੁਸਲਮਾਨ ਮੈਂ ਉੱਥੇ ਜਾ ਕੇ ਆਇਆ ਉਹਨਾਂ ਦੇ ਦੇਸ਼, ਉੱਥੇ ਵੀਰੋ ਕੋਈ ਜਗ੍ਹਾ ਨਹੀਂ ਹੈਗੀ, ਕੋਈ ਦੀਵਾ ਨਹੀਂ ਜਗਾਉਂਦਾ, ਨਾ ਕੋਈ ਗਾਉਣ ਵਾਲੀ ਲਾਉਂਦਾ ਵਾ, ਉਹ ਪੰਜ ਨਮਾਜ਼ਾਂ ਯਾਦ ਆ ਉਹਨਾਂ ਨੂੰ। ਅਤੇ ਜਦੋਂ ਨਮਾਜ਼ ਦਾ ਟਾਈਮ ਹੁੰਦਾ ਹੈ ਨਾ, ਵੱਡੇ ਵੱਡੇ ਸ਼ੇਖ ਜਿਹੜੇ ਆਪਣੇ ਕਾਰੋਬਾਰ ਸੰਕੋਚ ਕੇ ਅਤੇ ਇੱਦਾਂ ਹੱਥ ਕਰਕੇ ਲਾ ਇਲਾ ਮੁਹੰਮਦ ਰਸੂਲ ਅੱਲਾ, ਇੰਨਾ ਪਿਆਰ ਕਰਦੇ ਉਹ ਆਪਦੇ ਧਰਮ 'ਚ ਪੱਕੇ, ਈਸਾਈ ਵੀਰ ਆਪਦੇ ਧਰਮ 'ਚ ਪੱਕੇ, ਹਿੰਦੂ ਵੀਰ ਆਪਦੇ ਧਰਮ 'ਚ ਪੱਕੇ, ਅਤੇ ਆਪਾਂ ਵੀ ਪੱਕੇ ਹੋਈਏ ਨਾ। ਕਿਉਂਕਿ ਹਰ ਇੱਕ ਧਰਮ ਦਾ ਬੰਦਾ ਆਪਣੇ ਇਸ਼ਟ ਨੂੰ ਜਾਣ ਵਾਰਦਾ, ਪਰ ਆਹ ਜਿਹੜੇ ਖੁੱਡੇ ਬਿੱਲੇ ਜੇ ਅਤੇ ਇੱਟਾਂ ਅਤੇ ਰੁੱਖਾਂ ਰੱਖਾਂ ਦੇ ਦਾਲੇ ਆਪਾਂ ਹੋ ਗਏ, ਇਹ ਤਾਂ ਕਿਤੇ ਹੈਗਾ ਹੀ ਨਹੀਂ ਆਖੋ ਸਤਨਾਮ। ਜੇ ਹੈਗਾ ਤਾਂ ਦੱਸ ਦਿਓ, ਹੁਣ ਆਪਾਂ ਮੂਲ ਮੰਤਰ ਪੜ੍ਹਿਆ, ਇੱਕ ਓਅੰਕਾਰ ਦਾ ਅਰਥ ਕੀ ਪਰਮਾਤਮਾ, ਸਤਨਾਮ ਦਾ ਅਰਥ ਉਹ ਸੱਚਾ ਹੈ ਕਰਤਾ ਪੁਰਖ, ਉਹਨੇ ਸਾਰੀ ਸ੍ਰਿਸ਼ਟੀ ਤਿਆਰ ਕੀਤੀ ਹੈ, ਪਾਣੀ ਅਤੇ ਧਰਤੀ ਖਿਲਾਰਤੀ, ਹਵਾ ਦੇ ਵਿੱਚ ਅਸਮਾਨ ਖਲੋਤਾ ਵਾ, ਅਤੇ ਸਾਰੀ ਧਰਤੀ ਦਾ ਜਪਜੀ ਸਾਹਿਬ 'ਚ ਜ਼ਿਕਰ ਆਉਂਦਾ, ਅਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ, ਕਰਮੀ ਕਰਮੀ ਸੱਚਾ ਆਵ, ਸਾਰੀ ਸ੍ਰਿਸ਼ਟੀ ਕਰਤੇ ਪੁਰਖ ਨੇ ਰਚੀ ਆ। ਜਦੋਂ ਤੁਸੀਂ ਇੱਕ ਓਅੰਕਾਰ ਨਾਲ ਜੁੜੋਗੇ ਤੁਹਾਨੂੰ ਸੱਚ ਦਾ ਪਤਾ ਲੱਗੂਗਾ।